ਨਾਮ ਸਤਨਾਮ ਜੀ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਵਾਹੇ ਗੁਰੂ ਜੀ ਲੱਭੋ ਕੁੜੇ ਮਾਂ ਲੱਭੋ ਤੇਰਾ ਇੰਨਾ ਕੀ ਸਾਥ ਸੀਗਾ ਇਹਦੇ ਨਾਲ ਵਿਚਾਰੇ ਨਾਲ ਹਨਾ ਚਲੋ ਜਿੰਨੇ ਸਵਾਸ ਇਹਦੇ ਲਿਖੇ ਸੀਗੇ ਅਰਦਾਸ ਕਰੀਏ ਆਪਾਂ ਇਹਨੂੰ ਮਹਾਰਾਜ ਆਪਣੇ ਚਰਨਾਂ ਚ ਜਗ੍ਹਾ ਦੇਣ ਲਿਖ ਮਾਂ ਉੱਥੇ ਕਿਹਦੇ ਕੋਲੇ ਜਾਣਾ ਕੀ ਕੌਣ ਆ ਸਹਾਰਾ ਉੱਥੇ ਤੇਰਾ ਹੁਣ ਅਸੀਂ ਫੋਨ ਕੀਤਾ ਸੀ ਆਹ ਭਾਈਚਾਰ ਆਏ ਨੇ ਤੂੰ ਬਿਨਾਂ ਕੋਈ ਨੀ ਆਇਆ ਹੋਰ ਠੀਕ ਆ ਇਸ ਕਰਕੇ ਉੱਥੇ ਰੌਲਦਾ ਜਾ ਕੇ ਹੁਣ ਸ਼ਮਸ਼ਾਨ ਘਾਟ ਦੇ ਵਿੱਚ ਦੁਬਾਰਾ ਹੁਣ ਪਹਿਲਾਂ ਤੇਰੇ ਹੱਡ ਪੈਰ ਚੱਲਦੇ ਸੀ ਤਕੜੀ ਸੀਗੀ ਹੁਣ ਬੁੱਢੇ ਬਾਰੇ ਇਹਨੂੰ ਵੀ ਕਿੱਥੇ ਰੋਲੇਂਗੀ ਹਾਂ ਕੀ ਕਰੇਂਗੀ ਉੱਥੇ ਜਾ ਕੇ ਕਿੱਥੇ ਰਹੇਗੀ ਹੈ ਕਿੱਥੇ ਰਹੇਗੀ ਕਿਹੜੀਆਂ ਭਰਜਾਈਆਂ ਤੇਰੀਆਂ ਹੈ ਆਈਆਂ ਕਦੇ ਫੋਨ ਕੀਤਾ ਉਹਨਾਂ ਨੇ ਕਦੇ ਪੁੱਛਿਆ ਕਦੇ ਉਹਨਾਂ ਨੇ ਥੋੜੀ ਸਿਆਣੀ ਹੋ ਸਰਬਜੀਤ ਆਪਾਂ ਇੱਥੇ ਆ ਇਹ ਕੌਣ ਆ ਪਾਪਾ ਨਾ ਫਿਰ ਪਾਪਾ ਇੱਥੇ ਲੈ ਕੇ ਆਇਆ ਸੀ ਤੈਨੂੰ ਇੱਥੇ ਛੱਡ ਕੇ ਚੱਲਿਆ ਤੇਰਾ ਪਾਪਾ ਤੈਨੂੰ ਇਸ ਦੁਨੀਆਂ ਤੋਂ ਚਲਿਆ ਗਿਆ ਛੱਡ ਕੇ ਇੱਥੇ ਹੁਣ ਤੂੰ ਪਾਪੇ ਦੀ ਗੱਲ ਨਹੀਂ ਮੰਨੇਗੀ ਫਿਰ ਪਾਪੇ ਨੇ ਇਹ ਗੱਲ ਕਹੀ ਆ ਵੀ ਲੱਭੋ ਤੇ ਸਰਬਜੀਤ ਇੱਥੇ ਹੀ ਰਹਿਣਗੀਆਂ ਤੁਹਾਡੇ ਕੋਲੇ ਮੈਨੂੰ ਕਹਿੰਦਾ ਸੀ ਵੀ ਇਹਨਾਂ ਨੂੰ ਘਰੇ ਨਹੀਂ ਭੇਜਣਾ ਇਹ ਰੌਲ ਨਹੀਂ ਦੇਣੀ ਹੈਗੀਆਂ ਠੀਕ ਆ ਸਰਬਜੀਤ ਜਗਿੰਦਰੋ ਬਸ ਬਸ ਜਗਿੰਦਰੋ ਬਸ 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 ਜਗਿੰਦਰੋ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪਨਿਆਂ ਦੇ ਘਰ ਵਿੱਚ ਅਕਸਰ ਤੁਸੀਂ ਦੁੱਖ ਤੇ ਸੁੱਖ ਇਕੱਠਿਆਂ ਸਫ਼ਰ ਕਰਦੇ ਦੇਖਦੇ ਹੋ ਅੱਜ ਵੀ ਸਾਡੇ ਪਰਿਵਾਰ ਦਾ ਇੱਕ ਮੈਂਬਰ ਬਾਪੂ ਗੁਰਚਰਨ ਸਿੰਘ ਬਾਲਦ ਪਿੰਡ ਤੋਂ ਸੰਗਰੂਰ ਜ਼ਿਲ੍ਹੇ ਤੋਂ ਭਵਾਨੀਗੜ੍ਹ ਦੇ ਨੇੜੇ ਪੈਂਦਾ ਪਿੰਡ ਇਹ ਉੱਥੋਂ ਲੈ ਕੇ ਆਏ ਸੀ ਬਾਪੂ ਜੀ ਨੂੰ ਬਾਪੂ ਗੁਰਚਰਨ ਸਿੰਘ ਸ਼ਮਸ਼ਾਨ ਘਾਟ 'ਚ ਰਹਿ ਰਿਹਾ ਸੀ 11 ਸਾਲਾਂ ਤੋਂ ਅਤੇ ਪਿਛਲੇ ਕਰੀਬ 1 ਸਾਲ 1.5 ਸਾਲ ਤੋਂ ਅੱਖਾਂ ਤੋਂ ਅੰਨਾ ਹੋ ਗਿਆ ਸੀ ਬਿਲਕੁਲ ਹੀ ਦਿਖਦਾ ਨਹੀਂ ਸੀ ਬਲਾਈਂਡ ਸੀਗਾ ਚੱਲ ਫਿਰ ਵੀ ਨਹੀਂ ਹੁੰਦਾ ਸੀਗਾ ਬਾਪੂ ਤੋਂ ਉੱਥੇ ਸ਼ਮਸ਼ਾਨ ਘਾਟ ਦੇ ਬਰਾਂਡੇ ਦੇ ਵਿੱਚ ਹੀ ਕੜਾਈਏ 'ਚ ਬੱਠਲ 'ਚ ਲੈਟਰਿੰਗ ਕਰ ਦਿੰਦਾ ਸੀ ਅਤੇ ਮਾਤਾ ਲਾਭ ਕੌਰ ਨੂੰ ਸਿੱਟੇ ਆਉਂਦੀ ਸੀ ਬਾਹਰ ਜਾ ਕੇ ਛੱਪੜ ਅਤੇ ਮਾਤਾ ਲਾਭ ਕੌਰ ਦਾ ਅਤੇ ਬਾਪੂ ਗੁਰਚਰਨ ਦਾ ਇੱਕ ਰਿਸ਼ਤਾ ਸੀ ਜਿਹੜਾ ਉਹ ਸ਼ਾਇਦ ਸਮਾਜਿਕ ਤੌਰ 'ਤੇ ਕਿਸੇ ਨੂੰ ਸਮਝ ਨਾ ਆਉਂਦਾ ਹੋਵੇ ਪਰ ਇਹਨਾਂ ਦਾ ਆਪਸ ਵਿੱਚ ਇੱਕ ਰਿਸ਼ਤਾ ਸੀ ਜਿਹੜਾ ਇੱਕ ਦੂਸਰੇ ਦੇ ਨਾਲ ਐਸਾ ਰਿਸ਼ਤਾ ਸੀ ਜਿਹੜਾ ਰੂਹ ਤੋਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਇੱਕ ਦੂਜੇ ਨੂੰ ਸਪੋਰਟ ਕਰਦੇ ਸੀ ਇਸ ਬੁੱਢੀ ਉਮਰ ਦੇ ਵਿੱਚ ਇੱਕ ਦੂਸਰੇ ਦਾ ਸਾਥ ਦਿੰਦੇ ਸੀ ਮਾਤਾ ਲਾਭ ਕੌਰ ਬਾਲਦ ਪਿੰਡ ਦੇ ਵਿੱਚ ਹੀ ਵਿਆਹ ਕੇ ਆਈ ਸੀ ਰੂਪ ਸਿੰਘ ਦੇ ਘਰੇ ਰੂਪ ਸਿੰਘ ਪੱਲੇਦਾਰੀ ਦਾ ਕੰਮ ਕਰਦਾ ਸੀ ਬਿਮਾਰ ਹੋ ਗਿਆ
ਉਹਦੇ ਅਖੀਰ ਪੱਟਾਂ 'ਤੇ ਵੱਡੇ ਵੱਡੇ ਜ਼ਖਮ ਹੋ ਗਏ, ਕੀੜੇ ਪੈ ਗਏ, ਉਹਦੀ ਡੈਥ ਹੋ ਗਈ ਸੀ। ਰੂਪ ਸਿੰਘ ਦੇ ਅਤੇ ਲਾਭ ਕੌਰ ਦੇ 5 ਬੱਚੇ ਹੋਏ, 4 ਬੱਚਿਆਂ ਦੀ ਮੌਤ ਹੋ ਗਈ ਛੋਟੇ ਛੋਟਿਆਂ ਦੀ, ਇੱਕੋ ਹੀ ਬੱਚੀ ਬੱਚੀ ਆ ਸਰਬਜੀਤ ਕੌਰ ਜਿਹੜੀ, ਇਹ ਵੀ ਸਿੱਧੀ ਆ, ਮੰਦ ਬੁੱਧੀ ਆ ਵਿਚਾਰੀ। 2 ਬੇਟੇ ਹੋਏ, ਦੋਨੇ ਬੇਟੇ ਵੀ ਚੜ੍ਹਾਈ ਕਰ ਗਏ, ਇੱਕ 4 ਕੁ ਸਾਲ ਦਾ, ਇੱਕ 4-5 ਮਹੀਨਿਆਂ ਦਾ। 2 ਬੇਟੀਆਂ ਹੋਈਆਂ, ਉਹਨਾਂ ਦੀ ਵੀ ਇਹ ਮਾਤਾ ਦੱਸਦੀ ਹੈ ਮੌਤ ਹੋ ਗਈ। ਉਸ ਤੋਂ ਬਾਅਦ ਘਰ ਵਾਲੇ ਦੀ ਵੀ ਮੌਤ ਹੋ ਜਾਂਦੀ ਆ। ਮਾਤਾ ਕਹਿੰਦੀ ਫਿਰ ਮੈਂ ਘਰ ਵੇਚ ਕੇ ਕੁੜੀ ਵਿਆਹ ਦਿੰਦੀ ਹਾਂ ਅਤੇ ਪਿੰਡ ਦੀ ਸ਼ਮਸ਼ਾਨ ਘਾਟ ਜਾ ਕੇ ਰਹਿੰਦੀ ਆ। ਮਾਤਾ ਜੀ ਦਾ ਵੀ ਕੋਈ ਦਿਮਾਗੀ ਥੋੜ੍ਹਾ ਜਿਹਾ ਸਿੱਧਾਪਣ ਹੋਣ ਕਰਕੇ ਜ਼ਿੰਦਗੀ 'ਚ ਕਈ ਵਾਰੀ ਪਤਾ ਨਹੀਂ ਲੱਗਦਾ ਕਦੋਂ ਕੀ ਕਿਵੇਂ ਡਿਸੀਜਨ ਲੈਣਾ, ਕਦੋਂ ਕਿੱਥੇ ਕੀ ਕਰਨਾ। ਗੁਜਰਾਂ ਦੇ ਇੱਕ ਪਰਿਵਾਰ 'ਚੋਂ ਸੀਗਾ ਬਾਬਾ ਸਿੰਘ, ਉਹ ਸ਼ਮਸ਼ਾਨ ਘਾਟ 'ਚ ਮਾਤਾ ਦੇ ਨਾਲ ਰਹਿਣ ਲੱਗ ਗਿਆ, ਉਹਦੇ ਨਾਲ ਸਮਾਂ ਕੱਢਿਆ। ਫਿਰ ਮਾਤਾ ਬਾਪੂ ਗੁਰਚਰਨ ਸਿੰਘ ਸੀ, ਇਹ ਆਪਣਾ ਘਰ ਬਾਰ ਛੱਡ ਕੇ ਸ਼ਮਸ਼ਾਨ ਘਾਟ 'ਚ ਮਾਤਾ ਕੋਲ ਆ ਕੇ ਰਹਿਣ ਲੱਗ ਗਿਆ। ਪਹਿਲਾਂ ਮਾਤਾ ਵੀ ਇਹਨਾਂ ਦੇ ਘਰ ਰਹਿਣ ਗਏ ਸੀ, ਉਹਨਾਂ ਦੇ ਘਰਦਿਆਂ ਨੇ ਰਹਿਣ ਦਿੱਤਾ, ਫਿਰ ਸ਼ਮਸ਼ਾਨ ਘਾਟ 'ਚ ਆ ਕੇ ਰਹਿਣ ਲੱਗ ਗਏ। ਅਤੇ ਗੁਰਚਰਨ ਬਾਪੂ ਅਤੇ ਲਾਭੋ ਮਾਤਾ ਦਾ ਕੋਈ ਆਪਸ ਵਿੱਚ ਵਿਆਹ ਨਹੀਂ ਸੀ ਹੋਇਆ, ਪਰ ਮਾਤਾ ਕਹਿੰਦੀ ਮੈਨੂੰ ਆਪਦੇ ਸਿਰ ਧਰ ਲਿਆ ਸੀ, ਮੈਨੂੰ ਐਂ ਸੀ ਕਿ ਚਲ ਬੁੱਢੇ ਬਾਰੇ ਮੇਰਾ ਸਹਾਰਾ ਬਣ ਜੂ। ਅਤੇ ਉਹਦੀ ਇੱਕ ਅੱਖ ਕੰਮ ਕਰਦੀ ਸੀ, ਇੱਕ ਅੱਖ ਹੈ ਨਹੀਂ ਸੀ ਪਹਿਲਾਂ ਤੋਂ ਹੀ। ਅਤੇ ਇਹ ਦੋਨੋਂ ਤਿੰਨੋਂ ਜਾਣੇ ਸ਼ਮਸ਼ਾਨ ਘਾਟ 'ਚ ਸੌਂਦੇ, ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚੋਂ ਮੰਗ ਤੰਗ ਕੇ ਆਪਦੀ ਰੋਟੀ ਪਾਣੀ ਖਾ ਲੈਂਦੇ। ਸਮਾਂ ਬੀਤਦਾ ਗਿਆ, ਹੁਣ ਪਿਛਲੇ 1.5 ਸਾਲ ਤੋਂ ਬਾਪੂ ਗੁਰਚਰਨ ਦੀ ਇੱਕ ਅੱਖ ਜਿਹੜੀ ਸੀਗੀ ਉਹ ਵੀ ਬੰਦ ਹੋ ਗਈ ਸੀ, ਦਿਖਣੋਂ ਹਟ ਗਿਆ ਸੀਗਾ, ਚੱਲਣ ਫਿਰਨ ਤੋਂ ਵੀ ਰਹਿ ਕੇ ਚੱਲਿਆ ਸੀਗਾ। ਰੇੜੇ 'ਤੇ ਜਾਂਦੇ ਸੀ, ਹੱਥਾਂ ਨਾਲ ਸਾਈਕਲ ਰੋਡ ਨਾਲ ਰੇੜਾ, ਉਹ ਕਿਤੇ ਪਲਟ ਗਿਆ ਰਸਤੇ, ਸੱਟਾਂ ਲੱਗੀਆਂ ਮਾਤਾ ਦੇ ਵੀ ਉਹਦੇ ਵੀ। ਜਿੱਦਣ ਅਸੀਂ ਗਏ ਹਾਂ, ਬਾਪੂ ਵੀ ਲੈਟਰਿਨ ਬਾਥਰੂਮ ਉੱਥੇ ਵਿੱਚੇ ਹੀ ਬੱਠਲ 'ਚ ਕਰੀ ਜਾਂਦਾ ਸੀਗਾ, ਅਤੇ ਸਰਬਜੀਤ ਭੈਣ ਵੀ ਉੱਤੇ ਹੀ ਬੈਠੀ ਵਾਸ਼ਰੂਮ ਟੋਇਲਟ ਕਰੀ ਜਾਂਦੀ ਸੀ ਮੰਜੇ 'ਤੇ। ਅਤੇ ਇਕੱਲੀ ਲਾਭ ਕੌਰ ਮਾਤਾ ਸੀ ਜਿਹੜੀ ਸ਼ਮਸ਼ਾਨ ਘਾਟ ਦੇ ਵਿੱਚ, ਜਿੱਥੇ ਇਨਸਾਨ ਮਿੱਟੀ ਹੋਣ ਤੋਂ ਬਾਅਦ ਜਾਂਦਾ, ਉਹ ਪਿਛਲੇ 11 ਸਾਲਾਂ ਤੋਂ ਉੱਥੇ ਬੈਠੀ ਸੀ ਆਪਣੇ ਘਰ ਦੇ 2 ਮੈਂਬਰਾਂ ਨੂੰ ਲਈ, ਇੱਕ ਸਰਬਜੀਤ ਕੌਰ ਅਤੇ ਇੱਕ ਗੁਰਚਰਨ ਸਿੰਘ। ਇੱਕ ਅੱਖਾਂ ਤੋਂ ਉਹਨਾਂ ਸੀ ਅਤੇ ਇੱਕ ਦਿਮਾਗ ਤੋਂ ਹੀਣਾ ਸੀ ਜਿਹੜਾ। ਅਤੇ ਵਾਹਿਗੁਰੂ ਨੇ ਕਿਰਪਾ ਕਰੀ, ਸੱਚੇ ਪਾਤਸ਼ਾਹ ਨੇ, ਅਸੀਂ ਲੁਧਿਆਣੇ ਤੋਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਾਲਦ 100-125 ਕਿਲੋਮੀਟਰ ਦੂਰ ਇੱਥੋਂ ਚੱਲ ਕੇ ਗਏ। ਸਾਨੂੰ ਵੀਰਾਂ ਨੇ, ਪਿੰਡਦਿਆਂ ਨੇ, ਕੁਛ ਭੈਣਾਂ ਨੇ ਫੋਨ ਕੀਤਾ, ਵੀਡੀਓ ਬਣਾ ਕੇ ਭੇਜੀ ਵੀ ਸਾਡੇ ਨਗਰ ਦੇ ਵਿੱਚ ਇੱਕ ਬਾਲਦ ਪਿੰਡ ਦੇ ਵਿੱਚ ਇੱਕ ਪਰਿਵਾਰ ਸ਼ਮਸ਼ਾਨ ਘਾਟ 'ਚ ਰਹਿ ਰਿਹਾ ਲੰਬੇ ਸਮੇਂ ਤੋਂ। ਤਾਂ ਅਸੀਂ ਜਦ ਉੱਥੇ ਪਹੁੰਚਦੇ ਹਾਂ, ਇਹ ਗੱਲ ਹੈਗੀ 25/6/23 ਦੀ, 6ਵਾਂ ਮਹੀਨਾ ਸੀ, ਪੂਰੀ ਗਰਮੀ ਸੀ ਫੁੱਲ, ਮਈ ਜੂਨ ਦਾ ਮਹੀਨਾ। ਅਤੇ ਉੱਥੇ ਇਹਨਾਂ ਤਿੰਨਾਂ ਮੈਂਬਰਾਂ ਨੂੰ ਪੂਰੀ ਗਰਮੀ ਦੇ ਵਿੱਚ ਬਿਨਾਂ ਲਾਈਟ ਪੱਖੇ ਬੱਤੀ ਤੋਂ ਬੈਠਿਆਂ ਦੇਖ ਦੁੱਖ ਵੀ ਬੜਾ ਹੋਇਆ। ਪਤਾ ਕਰਨ 'ਤੇ ਪਤਾ ਲੱਗਿਆ ਵੀ ਪਿੰਡ ਦੇ ਵਿੱਚ ਕਹਿੰਦੇ 2200 ਵਿੱਘਾ ਜ਼ਮੀਨ ਆ ਪਿੰਡ ਦੀ ਪੰਚਾਇਤ ਕੋਲ, ਜਿਹੜੀ ਸ਼ਾਮ ਲਾਟ ਹੁੰਦੀ ਆ, ਪਰ ਇਹਨਾਂ ਵਾਸਤੇ 2 ਖਾਣੀ ਪਏ। ਪਰ ਜਦੋਂ ਵਿੱਚ ਪਏ, ਬਾਅਦ ਦੇ ਵਿੱਚ ਪਤਾ ਲੱਗਿਆ ਵੀ ਮਾਤਾ ਜੀ ਦੀਆਂ ਪਿੰਡ ਵਾਲੇ ਕਹਿੰਦੇ ਕੁਛ ਗਲਤੀਆਂ ਸੀ, ਕੁਛ ਗੁਰਚਰਨ ਸਿੰਘ ਕੋਲ ਵੀ ਆਪਦਾ ਘਰ ਸੀਗਾ, ਉਹ ਘਰੇ ਨਹੀਂ ਸੀ ਵੜਦਾ, ਮਾਤਾ ਕੋਲ ਵੀ ਕਹਿੰਦੇ ਆਪਦਾ ਘਰ ਸੀ, ਇਹ ਵੀ ਨਹੀਂ ਸੀ ਘਰੇ ਜਾਂਦੀ। ਇਹ ਰੱਬ ਜਾਣਦਾ ਸਹੀ ਕੌਣ ਸੀ ਅਤੇ ਗਲਤ ਕੌਣ ਸੀ, ਪਰ ਅੱਜ ਦੇ ਜ਼ਮਾਨੇ 'ਚ
ਬੰਦਾ 10-11 ਸਾਲ ਸ਼ਮਸ਼ਾਨ ਘਾਟ 'ਚ ਬੈਠਾ ਪਰਿਵਾਰ ਨੂੰ ਲੈ ਕੇ ਆਪਦੇ ਨੂੰ, ਇਹ ਬੜੀ ਦੁੱਖਦਾਈ ਅਤੇ ਬੜੀ ਸ਼ਰਮਿੰਦਗੀ ਵਾਲੀ ਗੱਲ ਨਗਰ ਵਾਸਤੇ ਵੀ ਆ ਅਤੇ ਸਮਾਜਿਕ ਤੌਰ 'ਤੇ ਇਨਸਾਨੀਅਤ ਵਾਸਤੇ ਵੀ। ਹੁਣ ਬਾਪੂ ਚੜ੍ਹਾਈ ਕਰ ਗਏ ਸਾਡੇ ਕੋਲ ਪਰਸੋਂ ਗੁਰਚਰਨ ਸਿੰਘ, ਇਹਨਾਂ ਦੀਆਂ ਅੱਖਾਂ ਦਾ ਆਪਰੇਸ਼ਨ ਕਰਾਉਣ ਵਾਸਤੇ ਅਸੀਂ 3 ਵਾਰ ਕੋਸ਼ਿਸ਼ ਕੀਤੀ, 3 ਵਾਰ ਡਾਕਟਰਾਂ ਨੇ ਆਪਰੇਸ਼ਨ ਕਰਨ ਤੋਂ ਮਨਾ ਕਰਤਾ ਕਿਉਂਕਿ ਇਹਨਾਂ ਦੀ ਇਨਫੈਕਸ਼ਨ ਬਹੁਤ ਸੀ ਅੰਦਰ ਬੋਡੀ 'ਚ, ਅੰਦਰੋਂ ਟੀ ਵੀ ਦੇ ਕਰਕੇ ਇਹਨਾਂ ਦੇ ਲੰਗਸ ਬਿਲਕੁਲ ਗਲ ਚੁੱਕੇ ਸੀ, ਕਿਉਂਕਿ ਜਦੋਂ ਲੈ ਕੇ ਆਏ ਸੀ ਹਾਲਤ ਤਾਂ ਉਦੋਂ ਹੀ ਬਹੁਤ ਬਦਤਰ ਸੀ। ਜਿਹੜੇ 6-7 ਮਹੀਨਿਆਂ ਦਾ ਸਾਡੇ ਕੋਲ ਬਾਪੂ ਜੀ ਨੇ ਸਫ਼ਰ ਤੈਅ ਕੀਤਾ, ਇਹ ਵੀ ਮਾਤਾ ਲੱਭ ਉਹਦੀ ਸੇਵਾ ਨੇ ਅਤੇ ਸੱਚੇ ਪਾਤਸ਼ਾਹ ਨੇ ਜਿਹੜੀ ਸਾਨੂੰ ਸਾਡੀ ਟੀਮ ਨੂੰ ਬਖਸ਼ੀ ਸੇਵਾ, ਉਹਦੇ ਸਦਕਾ ਬਾਪੂ ਜੀ ਨੇ ਅਖੀਰਲਾ ਸਮਾਂ ਚੰਗਾ ਬਤੀਤ ਕੀਤਾ ਇੱਥੇ। ਹੁਣ ਚੜ੍ਹਾਈ ਕਰ ਗਿਆ ਬਾਪੂ, ਪਰਸੋਂ ਦੀ ਡੈਥ ਹੋਈ ਹੋਈ ਆ, ਅਸੀਂ ਪਿੰਡ ਫੋਨ ਕੀਤੇ, ਸਾਰਿਆਂ ਨਾਲ ਗੱਲ ਕੀਤੀ, ਧੰਨਵਾਦ ਆ ਸਰਪੰਚ ਸਾਹਿਬ ਦਾ, ਗੁਰਦੇਵ ਸਿੰਘ ਜੀ ਦਾ, ਗੁਰਦੇਵ ਸਿੰਘ ਜਿਨ੍ਹਾਂ ਨੇ ਸਾਡੀ ਗੱਲ ਨੂੰ ਸੁਣਿਆ। ਇਹਨਾਂ ਦੇ ਘਰਾਂ ਦੇ ਵਿੱਚ ਗਏ ਬਾਪੂ, ਗੁਰਚਰਨ ਸਿੰਘ ਜੀ ਦਾ ਪੋਤਾ ਆਇਆ, ਬਾਈ ਪੋਤਾ ਬਾਪੂ ਦਾ ਨਹੀਂ, ਬਾਪੂ ਦੇ ਭਰਾ ਦਾ ਪੋਤਾ ਵਾ, ਪਰ ਫਿਰ ਵੀ ਇਹ ਕਹਿੰਦੇ ਨਹੀਂ ਬਾਈ ਸਾਡਾ ਖੂਨ ਆ, ਅਸੀਂ ਆਵਾਂਗੇ ਇੱਥੇ। ਹੁਣ ਮਾਤਾ ਲਾਭ ਕੌਰ ਕਹਿੰਦੀ ਸੀ ਅਸੀਂ ਪਿੰਡ ਜਾਣਾ ਉੱਥੇ, ਵੀ ਉੱਥੇ ਲਿਜਾ ਕੇ ਸੰਸਕਾਰ ਕਰਨਾ ਵਾ ਇਹਦਾ। ਹੁਣ ਉੱਥੇ ਪਿੰਡ 'ਚ ਕੋਈ ਹੈ ਹੀ ਨਹੀਂ ਸਪੋਰਟ ਕਰਨ ਵਾਲਾ ਮੂਹਰੇ, ਇਹ ਕਹਿੰਦੇ ਬਾਈ ਅਸੀਂ ਇੱਥੇ ਆ ਕੇ ਤੁਹਾਡੇ ਨਾਲ ਖੜ ਜਾਂਦੇ ਹਾਂ, ਇੱਥੇ ਹੀ ਸੰਸਕਾਰ ਕਰ ਦਿਉ। ਚਲੋ ਅਸੀਂ ਤਾਂ ਇਹਨਾਂ ਦਾ ਵੀ ਸ਼ਾਬਾਸ਼ੀ ਕਹਿੰਦੇ ਹਾਂ ਆ ਗਏ ਆ, ਅਤੇ ਨਹੀਂ ਤਾਂ ਬਹੁਤ ਸਾਰੇ ਆਉਂਦੇ ਹੀ ਨਹੀਂ, ਜੇ ਵੀ ਨਾ ਆਉਂਦੇ ਕੀ ਹੋਇਆ, ਅਸੀਂ ਕੀ ਕਰ ਲੈਂਦੇ। ਨਾਲ ਖੜੇ ਨੇ ਆ ਕੇ ਬਾਈ, ਹੁਣੀ ਘੱਟੋ ਘੱਟ ਬਾਪੂ ਲਾਵਾਰਸ ਨਹੀਂ ਰਿਹਾ ਹੁਣ। ਪਰ ਗੱਲ ਹੁਣ ਇਹ ਆ ਵੀ ਮਾਤਾ ਲਾਭ ਕੌਰ ਜੀ ਦੀ ਜੇ ਆਪਾਂ ਗੱਲ ਕਰਦੇ ਹਾਂ, ਅਤੇ ਮਾਤਾ ਲਾਭ ਕੌਰ ਅਤੇ ਭੈਣ ਸਰਬਜੀਤ ਕੌਰ, ਇਹ ਇੱਕੋ ਗੱਲ 'ਤੇ ਜਿੱਦ ਫੜੀ ਆ ਵੀ ਅਸੀਂ ਉੱਥੇ ਜਾਣਾ ਪਿੰਡ, ਅਸੀਂ ਉੱਥੇ ਮੰਗ ਕੇ ਖਾ ਲਵਾਂਗੇ, ਅਸੀਂ ਉੱਥੇ ਕਿਸੇ ਦੇ ਘਰ ਰਹਿ ਪਾਂ, ਕਿਤੇ ਕਿਹਦਾ ਨਾਂ ਲੈਂਦੇ ਆ, ਕਿਤੇ ਕਿਹਦਾ ਨਾਂ ਲੈਂਦੇ ਸੀ, ਉਹਨਾਂ ਦੇ ਘਰ ਰਹਿ ਲਵਾਂਗੇ। ਇਹਨਾਂ ਦੇ ਜਿਹੜੇ ਰਿਸ਼ਤੇਦਾਰ ਆ ਭੈਣ ਦੇ, ਉਹਨਾਂ ਨੂੰ ਵੀ ਅਸੀਂ ਪਿੰਡ ਦੇ ਸਰਪੰਚ ਸਾਹਿਬ ਨੂੰ ਵੀ ਕਿਹਾ, ਸੁਨੇਹਾ ਲਾਇਆ ਸੀ ਵੀ ਉਹਨਾਂ ਨੂੰ ਵੀ ਕਿਸੇ ਨੂੰ ਕੋਈ ਨਹੀਂ ਆਉਂਦਾ, ਕੌਣ ਆਉਂਦਾ ਇੱਥੇ, ਇਹਨਾਂ ਦੇ ਘਰਾਂ 'ਚ ਤਾਂ ਨਹੀਂ ਆਇਆ ਜੀ ਕੋਈ, ਨਹੀਂ ਜੀ, ਹੈ ਨਾ, ਇਹਨਾਂ ਦੇ ਵੀ ਹੈਗੇ ਘਰ ਦੇ ਉੱਥੇ, ਹੈਗਾ ਇਹਨਾਂ ਦਾ ਪਰਿਵਾਰ, ਪਰਿਵਾਰ ਹੈਗਾ, ਹੈ ਨਾ, ਦਿਓ ਪੱਗ, ਹਾਂਜੀ। ਅਤੇ ਸਾਡੀ ਇਹ ਉਹਨਾਂ ਨੂੰ ਵੀ ਬੇਨਤੀ ਹੈ ਭਾਈ, ਵੀ ਜਿਹੜਾ ਸਮਾਂ ਚਲੋ ਜਿਵੇਂ ਵੀ ਹੁੰਦਾ ਜ਼ਿੰਦਗੀ 'ਚ, ਬੰਦਾ 20 ਵਾਰ ਡਿੱਗਦਾ, 20 ਵਾਰੀ ਉੱਠਦਾ, ਬਹੁਤ ਸਾਰੀਆਂ ਗਲਤੀਆਂ, ਅਸੀਂ ਇਨਸਾਨ ਹਾਂ, ਗਲਤੀਆਂ ਦੇ ਪੁਤਲੇ ਹਾਂ, ਹੁੰਦੀਆਂ ਰਹਿੰਦੀਆਂ, ਪਰ ਦੁੱਖ ਦੇ ਸੁੱਖ ਦੇ ਤਾਂ ਘੱਟੋ ਘੱਟ ਸਾਨੂੰ ਇੱਕ ਦੂਜੇ ਦੇ ਨਾਲ ਆ ਕੇ ਖੜਨਾ ਚਾਹੀਦਾ ਵਾ। ਅਤੇ ਹੁਣ ਮਾਤਾ ਲਾਭ ਕੌਰ ਜੀ ਦੀਆਂ ਅਤੇ ਉਹਨਾਂ ਦੀ ਬੇਟੀ ਦੀਆਂ ਜਿਹੜੀਆਂ ਇਹ ਗੱਲਾਂ ਵਾ ਵੀ ਅਸੀਂ ਜਾਣਾ ਉੱਥੇ, ਅਸੀਂ ਕਿਵੇਂ ਭੇਜ ਦਈਏ, ਕਿਹਦੇ ਕੋਲ ਭੇਜ ਦਈਏ, ਕਿੱਥੇ ਭੇਜ ਦਈਏ, ਬੋਲੇ ਸੋ ਨਿਹਾਲ। ਗੁਰਚਰਨ ਸਿੰਘ ਜੀ ਪਿੰਡ ਹਸਨਪੁਰ ਦੇ ਸ਼ਮਸ਼ਾਨ ਘਾਟ ਦੇ ਵਿੱਚ ਮਿੱਟੀ ਨਾਲ ਮਿੱਟੀ ਹੋਣਗੇ। ਬੰਦਾ ਕਿੱਥੇ ਜੰਮਦਾ, ਕਿੱਥੇ ਪਲਦਾ, ਕਿੱਥੇ ਅਖੀਰ ਅੰਤ,
ਕਿਵੇਂ ਹੋਣਾ, ਕਿਹਦੇ ਹੱਥੋਂ ਹੋਣਾ, ਕੁਛ ਨਹੀਂ ਜਾਣਦੇ ਆਪਾਂ। ਆਪਾਂ ਤੁਰੇ ਫਿਰਦੇ ਹਾਂ, ਉੱਡੇ ਫਿਰਦੇ ਹਾਂ, 20 ਸਕੀਮਾਂ ਬਣਾਉਂਦੇ ਹਾਂ, ਪਲੈਨ ਕਰਦੇ ਹਾਂ ਜ਼ਿੰਦਗੀ 'ਚ। ਸਭ ਤੋਂ ਵੱਡੀ ਪਲੈਨਿੰਗ ਤਾਂ ਉਹਦੀ ਉੱਪਰ ਵਾਲੇ ਦੀ ਆ। ਬਸ ਅਰਦਾਸ ਕਰਿਓ ਬਾਪੂ ਗੁਰਚਰਨ ਸਿੰਘ ਜੀ ਵਾਸਤੇ, ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਣ, ਪਿੱਛੇ ਮਾਤਾ ਹੁਣਾਂ ਨੂੰ, ਸਰਬਜੀਤ ਭੈਣ ਨੂੰ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਅਤੇ ਹੁਣ ਭਾਈ ਰਤਨਦੀਪ ਸਿੰਘ ਜੀ ਅਰਦਾਸ ਕਰਨਗੇ ਤਾਂ ਜੋ ਪਾਤਸ਼ਾਹ ਮਹਾਰਾਜ ਦਾ ਓਟ ਆਸਰਾ ਲੈ ਕੇ ਆਪਾਂ ਇਹਨਾਂ ਦਾ ਅੰਤਿਮ ਸੰਸਕਾਰ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਤੁਧ ਆ ਗਿਆ ਦਾਸ ਮਾਰੀ ਜੀਓ ਪਿੰਡ ਸਾਹਿਬ ਤੇਰਾ, ਕਹੋ ਦਾਨ ਸਾਹਿਬ ਤੇਰੀ ਬਜਾਈ, ਕੋਈ ਨਾਉ ਨਾ ਜਾਣੇ ਮੇਰਾ। ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਾਹਿਬਾ, ਸ੍ਰੀ ਭਗਵਤੀ ਪਾਤਸ਼ਾਹ ਜੀ ਦਸਵੀਂ ਕ੍ਰਿਸ਼ਨ ਭਗਵਤੀ ਸਿਮਰਤਿਆ, ਗੁਰੂ ਨਾਨਕ ਲਈ ਧਿਆਏ। ਫਿਰ ਜੀਓ ਮਨੁੱਖਤਾ ਦੇ ਪਰਿਵਾਰ ਦੇ ਵਿੱਚ ਅਤੇ ਪਾਤਸ਼ਾਹ ਜੀ ਬਾਪੂ ਗੁਰਚਰਨ ਸਿੰਘ ਜੀ ਦਾ ਕੱਲ੍ਹ ਦੇਹਾਂਤ ਹੋ ਗਿਆ, ਜਿਸਤੇ ਪਾਤਸ਼ਾਹ ਜੀ ਅਕਾਲ ਚਲਾਣਾ ਕਰ ਗਏ ਹੰਤ। ਅਤੇ ਪਾਤਸ਼ਾਹ ਜੀਓ ਭੱਲੇ ਆਵੇ ਨਾਨਕਾ ਸੱਦੀ ਉੱਠੀ ਜਾਏ, ਜਿਵੇਂ ਜਿਵੇਂ ਤੇਰਾ ਹੁਕਮ ਤਿਵੇਂ ਤਿਵੇਂ ਹੋਵੇ। ਅੰਤਿਮ ਸੰਸਕਾਰ ਹੋਏਗਾ ਗੁਰਦੁਆਰੇ ਜਾ ਕੇ, ਲਾਉਣੇ ਦਾ ਪਾਠ, ਆਨੰਦ ਸਾਹਿਬ ਦੇ ਪਾਰ ਪ੍ਰਸ਼ਾਦ ਵੰਡੇ ਜਾਣਗੇ। ਜਿਸਤੇ ਪਾਤਸ਼ਾਹ ਜੀ ਸਮੂਹ ਸਾਧ ਸੰਗਤ ਪਰਿਵਾਰ ਮਨੁੱਖਤਾ ਪਰਿਵਾਰ ਹਾਜ਼ਰ ਹੈ, ਜਿੱਦੀਆਂ ਸਿੱਧੀਆਂ ਹਾਜ਼ਰ ਹਨ, ਪਾਠੀ ਸਿੰਘ ਹਾਜ਼ਰ ਹਨ। ਅਤੇ ਪਾਤਸ਼ਾਹ ਜੀਓ ਮਨੁੱਖਤਾ ਪਰਿਵਾਰ ਨੂੰ ਭਾਣਾ ਮੰਨ ਦਾ ਬਲ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨ ਦਾ ਬਲ ਬਖਸ਼ਣਾ। ਅੱਖਰ ਵਾਲਾ ਘਾਟਾ ਭੁੱਲ ਚੁ ਮਾਫ਼ ਕਰ, ਉਸਦੇ ਪਾਤਸ਼ਾਹ ਜੀ ਦਿਓ ਅੱਗੇ ਅਸਤੇ ਅੰਤਿਮ ਸੰਸਕਾਰ ਹੋਵੇ। ਅੱਖਰ ਵਾਲਾ ਘਾਟਾ ਭੁੱਲ ਚੁ ਮਾਫ਼ ਹੋਣੀ, ਸਭ ਅਰਦਾਸ ਕਰਨੀ ਸਹੀ ਪਿਆਰੇ ਮੇਲ, ਜਿੰਨਾ ਮੈਂ ਤਾਂ ਨਾਮ ਦਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਸਾਹਿਬੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ। ਕੋਈ ਨਵਾਂ, ਅਸੀਂ ਤੇਰੇ ਪੋਤੀ ਹਾਂ, ਫਿਕਰ ਨਾ ਕਰ, ਆ ਸਾਡੀ ਭੈਣ ਆ, ਅਸੀਂ ਪੂਰਾ ਜੋ ਹੋ ਸਕਿਆ ਅਸੀਂ ਸਾਥ ਦੇਵਾਂਗੇ ਮਾਂ, ਠੀਕ ਆ। ਕੋਈ ਨਾ, ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤਨਾਮ ਜੀ, ਵਾਹਿਗੁਰੂ 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 ਜੀ। ਸਤਨਾਮ।